ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮ ਜੀ ਤੇ ਲਾਡਾ ਲਾਡਾ ਡਿਸਕਸਰ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਨਿੱਗਾ ਸਵਾਗਤ ਕਰ ਰਿਹਾ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗੈਲ ਜੁੜ ਗਏ ਸਾਰਿਆਂ ਖਾ ਨਿੱਗਾ ਸਵਾਗਤ ਆਰ ਵੀਰ ਬਹੁਤ ਬਹੁਤ ਧੰਨਵਾਦ ਜਿਤਨੇ ਮੇਰੇ ਵੀਰ ਯੋ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਮੈਨੂੰ ਆਪਣੇ ਵਿਚਾਰ ਦੇਹਾ ਸਾਰਿਆਂ ਦਾ ਧੰਨਵਾਦ ਕਰਾਂ ਅਰ ਅੱਜ ਯੋ ਤਰੀਕ ਹੋਗੀ 9 9 ਤਰੀਕੀਆਂ ਬੜੀਆਂ ਖਬਰਾਂ ਥਾਰੇ ਗੈਲ ਕਰਾਂਗਾ ਮੈਂ ਸਾਂਝੀਆਂ ਕੱਲ 8 ਤਰੀਕ ਦੀ ਯਾਰ ਕੱਲ ਦੇਸ਼ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋ ਵੀਰ ਇੱਕ ਬੜਾ ਦਾਵਾ ਕਰ ਗਏ ਕਹ ਐਮਐਸਪੀ ਦਾ ਬਣੇਗਾ ਔਰ ਯੋ ਐਮਐਸਪੀ ਇਸ ਤਰੀ ਮਿਲਦੀ ਰਹੇਗੀ ਇਸ ਚੀਜ਼ ਨੂੰ ਲੈ ਕੇ ਕੱਲ ਯੋ ਜਿਹੜਾ ਰਾਜ ਸਭਾ ਦੇ ਵਿੱਚ ਮਾ ਇੱਕ ਬੜਾ ਭਾਸਨ ਮੋਦੀ ਦਾ ਦੇਖਣ ਨੂੰ ਮਿਲਿਆ ਇਸ ਕੇ ਉੱਪਰ ਵਿਚਾਰ ਚਰਚਾ ਹੋਵੇਗੀ ਔਰ ਇੱਕ ਬੜੀ ਗੱਲਬਾਤ ਕੱਲ ਯੋ ਗੁਰੂ ਨਵਜੋਤ ਸਿੰਘ ਸਿੱਧੂ ਯੋ ਬਿਰਾ ਸੋਨੀਆ ਗਾਂਧੀ ਘਰਾਂ ਜਾ ਕੇ ਆਇਆ ਉੱਥਾ ਪਤਾ ਨਹੀਂ ਕੀ ਬਾਤ ਹੋਈ ਕੀ ਨਹੀਂ ਯੋ ਕਹਿ ਲੋ ਵੀ ਥੈਲੇ ਮਾ ਦੇ ਹਲੇ ਬਾਹਰ ਨਹੀਂ ਨਿਕਲਿਆ ਕਿ ਆਚੇ ਹੋਲੇ ਮੈਂ ਲੈ ਕੇ ਆਇਆ ਕਿ ਨਹੀਂ ਹਲੇ ਲੱਗ ਜੇਗਾ ਪਤਾ ਔਰ ਇਸਕੇ ਗੱਲ ਗੱਲ ਪੰਜਾਬ ਹਰਿਆਣਾ ਕੇ ਟੋਲ ਪਲਾਜੇ ਬੰਦ ਹੋਣ ਕਰਕੇ ਸਰਕਾਰ ਨੂੰ ਖਾਸ ਕਰਕੇ 600 ਕਰੋੜ ਰੁਪਏ ਦਾ ਕਾਟਾ ਪੈ ਰਿਆ ਇਹੋ ਬਾਤ ਵੀ ਕਲੀਅਰ ਹੋ ਗਈ ਆਰ ਡੀ ਆਈ ਜੀ ਨੂੰ ਮਹਿੰਗਾ ਪਿਆ ਗ੍ਰਹਿ ਮੰਤਰੀ ਅਨਿਲ ਬਿੱਜਗੇ ਪਾਈ ਗੈਲ ਪੰਗਾ ਅੰਬਾਲਾ ਪੁਲਿਸ ਕੀ ਤਰਫ ਤੇ ਕੇਸ ਦਰਜ ਹੋ ਗਿਆ ਇਸਕੇ ਉੱਪਰ ਵੀ ਥਾਰੇ ਗੱਲ ਅੱਜ ਬਾਤ ਕਰਾਂਗੇ আর ਉਧਰ ਉੱਤਰਾਖੰਡ ਦੇ ਵਿੱਚ ਮਾ ਇਹ ਤੁਹਾਨੂੰ ਪਤਾ ਵੀ ਬੜੀ ਤਰਾਸਦੀ ਹੋਈ ਥੀ ਯਾਰ ਉੱਤਰਾਖੰਡ ਦੇ ਵਿੱਚ ਯੋ ਸੀਐਮ ਪਹੁੰਚਿਆ ਮੌਕੇ ਪਰ ਆਰ ਸੁਰੱਖਿਆ ਕਰਮਚਾਰੀ ਉੱਥਾ ਲਗੇ ਬੇ ਹਰ ਤੁਹਾਨੂੰ ਮੈਂ ਦੱਸ ਦਿਆ ਵੀ ਹਜੇ ਵੀ ਕਾ ਇਹੋ ਆਫਤਾ ਗੈਲ 1500 ਕਰੋੜ ਰੁਪਏ ਦਾ ਨੁਕਸਾਨ ਦਾ ਅਨੁਮਾਨ ਦੱਸਿਆ ਗਿਆ ਆਰ ਵੀਰ ਇਸਕੇ ਵਿੱਚ ਮਾ ਕਾਫੀ ਬੰਦੇ ਕੀ ਯੋ ਜਾਨਾਂ ਵੀ ਚਲੇ ਗਈਆਂ ਆਰ ਇਸਕੇ ਗੈਲ ਗੈਲ ਵੀਰ ਤੁਹਾਨੂੰ ਮੈਂ ਦੱਸਾਂ ਬਈ ਪਰਾਲੀ ਸਾੜਨ ਦੇ ਮਾਮਲੇ ਵਿੱਚ ਇੱਕ ਵਾਰ ਫੇਰ ਪੰਜਾਬ ਹਰਿਆਣਾ ਦੇ ਬਾਰੇ ਯੋ ਪ੍ਰਕਾਸ਼ ਜਾਵੇਦ ਕਰਨੇ ਇੱਕ ਬੜੀ ਬਾਤ ਕਰਤੀ ਆਰ ਵੀਰ ਯੋ ਮੀਆਂ ਖਲੀਫਾ ਦਾ ਸਵਾਲ ਪ੍ਰਿੰਕਾ ਚੋਪੜਾ ਕਿਸਾਨੀ ਮੁੱਦੇ 'ਤੇ ਚੁੱਪ ਕਿਉਂ? ਆਰ ਇਸਕੇ ਗੈਲ-ਗਲ ਕੀ ਮਿਸਿਸ ਜான்ਸਨ ਨੇ ਕੁਛ ਕੋ ਬੋਲਣ ਤੇ ਯੋ ਕੁਛ ਬੋਲੇਗਾ ਯੋ ਬਾਤ ਵੀ ਕਰੀ। ਆਰ ਵੀਰਾ ਇੰਡੀਆ ਕੀ ਯੋ ਗੋਦੀ ਮੀਡੀਆ ਵਾਲਿਆਂ ਤੋਂ ਕੱਲ ਹਾਦੇ ਕਰਤੀ ਵੀਰ ਮਨ ਤੋਂ ਗੱਲਾਂ ਸੁਣ-ਸੁਣ ਕੇ ਹੈਰਾਨੀ ਹੋਵਾ। ਬਈ ਯੋ ਬਿਮਾਰੀ ਕੋ ਖੈ ਕੋ ਇਲਾਜ ਸਾਰੇ ਭਾਜੀ ਹੈ ਕੋ ਇਲਾਜ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਆਰ ਵੀਰੇ ਇੱਕ ਟੈਲੀਵਿਜ਼ਨ ਦਾ ਨਾ ਤੁਨੀ ਮੈਨ ਅੰਦਰ ਖੈਰ ਸਾਨੇ ਦੇਖਿਆ ਹੋਣਾ ਕਹਾ ਗਲੇਸ਼ੀਅਰ ਫਟਨੇ ਦੇ ਪਿੱਛੇ ਕਾ ਚੀਨੀ 76 ਕੀ ਪੜਤਾਲ ਇਹੋ ਪ੍ਰੋਗਰਾਮ ਇੱਕ ਬੰਦੇ ਨੇ ਸ਼ੁਰੂ ਕਰਿਆ ਇਹ ਕਹਾ ਇਤਨੀ ਠੰਡੋ ਕਾ ਇਤਨੀ ਠੰਡ ਗਏ ਤੇ ਮਾ ਗਲੇਸ਼ਰ ਕਿਤਰਾ ਫਟ ਸਕਾ ਇਹ ਵੀ ਜੋ ਸਵਾਲ ਖੜਾ ਕਰਤਿਆ ਗਲੇਸ਼ੀਅਰ ਫਟਿਆ ਜਾਂ ਫਿਰ ਵੀਰ ਕਹਿ ਲੋ ਵੀ ਇਹਨਾਂ ਨੇ ਕੋਈ ਵਜ੍ਹਾ ਕਰਕੇ ਵੀ ਕਈ ਬੰਦੇ ਕਹਾ ਉਥਾ ਅੰਦੋਲਨ ਨੂੰ ਤਾਰ ਪੀਡੋ ਕਰਨ ਵਾਸਤਾ ਵੀ ਕਾਇਯੋ ਖੱਲ ਕਾ ਗਲੇਸ਼ੀਅਰ ਫਟਨੇ ਕੀ ਖਬਰ ਜਿਹੜੀ ਨਿਕਲ ਕਾਈ ਵੀ ਲੋਕਾਂ ਕਾ ਧਿਆਨ ਬਟਕਾ ਦੂਏ ਪਾਸਾ ਲੈ ਕਾ ਜਾਂਦਾ ਪਰ ਚਲੋ ਖੈਰ ਯੋ ਸਭ ਗਿਆ ਆਪਣੀ ਆਪਣੀ ਗੱਲਾਂ ਆਵਾ ਸਾਰੇ ਨੂੰ ਆਪਣਾ ਆਪਣਾ ਹਿਸਾਬ ਕਿਤਾਬ ਹੋਵਾ ਪਰ ਉਥੈ ਤੁਹਾਨੂੰ ਸਭ ਤੋਂ ਪਹਿਲਾਂ ਲੈ ਚਲਾ ਮੋਦੀ ਸਾਹਿਬ ਨੇ ਕਲੀਅਰ ਕਰ ਤਿਆ ਖੱਲ ਕਾ ਵੀਰ ਫਿਕਰ ਕਰਨੇ ਕੀ ਕੋਈ ਲੋੜ ਨਹੀਂ ਪੰਜਾਬੀਆਂ ਕੇ ਹੱਕ ਮੈਂ ਇੱਕ ਵਾਰ ਫੇਰ ਆਵਾਜ਼ ਬਲੰਦ ਕਰੀ ਨਰਿੰਦਰ ਮੋਦੀ ਨੇ ਹਰ 모ਦੀ ਸਾਹਿਬ ਕਹੈਂ ਵੀ ਬਿਰ ਯੋ ਥਾਰੀ ਐਮਐਸਪੀ ਚਲਦੀ ਰਹੇਗੀ ਕਹਾ ਬਦਲਾ ਕੀ ਲੋੜ ਕਹਾ ਬਦਲਾ ਕੀ ਲੋੜ ਨੂੰ ਦੇਖ ਕੇ ਹੀ ਕਹਾ ਯੋ ਸਾਰੇ ਕੰਮ ਚੱਕੇ ਮੰਨੇ ਹਰ ਗੱਲਬਾਤ ਕਹਾ ਸ਼ੁਰੂ ਕਰਨੇ ਨੂੰ ਕਹਾ ਪਾ ਤਿਆਰ ਕਹਾ ਬਸ ਇੱਕ ਟੈਲੀਫੋਨ ਦੂਰ ਯੋ ਟੈਲੀਫੋਨ ਤਾਂ ਲੱਭਿਆ ਨਹੀਂ ਬਿਰ ਹਲੇ ਤੱਕ ਪਤਾ ਨਹੀਂ ਯੂਜ਼ਰ ਕੇਸ ਟਗਾ ਟਗਾ ਤਾ ਲੱਭਦਾ ਫਿਰ ਰਿਹਾ ਕਹਾ ਮੰਨ ਤਾਂ ਨੰਬਰ ਨਹੀਂ ਲੱਜਿਆ ਨਾ ਟੈਲੀਫੋਨ ਲੱਜਿਆ ਕਿਹੜੇ ਖੁੱਲ ਖੰਜ ਖੁੱਲੇ ਮੈਂ ਰੱਖਿਆ ਵਗਾ ਮੈਨੂੰ ਪਤਾ ਨਹੀਂ ਆਰ ਯੋ ਮੋਦੀ ਸਾਹਿਬ ਕੀ ਪ੍ਰਤਿਕਰਿਆ ਨਿਕਲਣ ਦੇ ਬਾਅਦ ਜਿੱਥਾ ਬਈ ਯੋ ਐਮਐਸਪੀ ਉਪਰ ਕਾਨੂੰਨ ਬਣਾਉਣੇ ਕੀ ਬਾਤਾਂ ਜਿੱਥਾ ਰਵਨੀਤ ਬਿੱਟੂ ਕੀ ਬਾਤ ਕਰਾ ਜੰਤਰ ਮੰਤਰ ਦੇ ਉਪਰ ਰਵਨੀਤ ਬਿੱਟੂ ਬੈਠਿਆ ਆਪਣਾ ਤੰਬੂ ਗੁਨਾਤ ਲਾ ਕੇ ਆਪਣੇ ਬੰਦੇ ਲੈ ਕੇ ਉੱਥਾ ਵੀ ਮਿਰੇ ਪੱਤਰਕਾਰ ਪਹੁੰਚੇ ਰਵਨੀਤ ਬਿੱਟੂ ਨੇ ਵੀ ਯੋ ਬਾਤ ਕਹੀ ਵੀ ਜਦਾ ਮੋਦੀ ਸਾਹਿਬ ਕਹਿ ਰਹੇ ਕਾ ਵੀ ਆਪਾਂ ਤੁਹਾਨੂੰ ਐਮਐਸਪੀ ਦਵਾਂਗੇ ਰਹੇਗੀ ਇਸਤਰੀ ਬਣੀ ਵੀ ਤੇ ਆ ਰਹੀ ਉਤਨੀ ਚਲੇਗੀ ਫਿਰ ਕਾਨੂੰਨ ਬਣਾਉਣੇ ਮੈਂ ਤੁਹਾਨੂੰ ਮੁਸ਼ਕਲ ਗਿਆ ਕਾਨੂੰਨ ਬਣਾ ਦਿਓ ਅਰ ਕਾਂਗਰਸ ਕੇ ਯੋ ਕਹਿਲੋ ਵੀ ਯੋ ਇਨਕੇ ਲੋਕਾਂ ਨੇ ਮੋਦੀ ਸਾਹਿਬ ਪਾ ਬੜਾ ਹਮਲਾ ਕਰਿਆ ਰਾਜ ਸਭਾ ਕੇ ਵਿਚਵਾ ਬਿਆਨ ਅਣ ਤੇ ਬਾਦ ਕਿਸਾਨ ਕਾ ਵੀ ਲੋਕਾਂ ਕੇ ਵਿਸ਼ਵਾਸ ਘਾਤ ਕਰਨੇ ਕਾ ਦੋਸ਼ ਲਾਇਆ ਆਰ ਇਸਕੇ ਵਿਚਵਾ ਸਿਰਫ ਕਾ ਵੀ ਸਿਆਸੀ ਪਾਸਣ ਕਾ ਡੱਬਾ ਨਮਾਤਾ ਅੰਦਰ ਮਾਲ ਪਤਾ ਵਹੀ ਪੁਰਾਣਾ ਪਾਗਾ ਲੈ ਕੇ ਕਹਾ ਲਿਖਤੀ ਗਾਰੰਟੀ ਕਿਉਂ ਨਹੀਂ ਦਿੰਦੇਗਾ ਲਿਖਤੀ ਗਾਰੰਟੀ ਦੋ ਯੋ ਮੋਦੀ ਨੇ ਖਾ ਲਿਖਤੀ ਗਾਰੰਟੀ ਬਾਰੇ ਕੋਈ ਗੱਲ ਬਾਤ ਨਹੀਂ ਕਰੀ ਬਸ ਯੋ ਖਾ ਬਿਰ ਫਿਗਰ ਕਰਨੇ ਦੀ ਲੋੜ ਨਹੀਂ ਤੁਹਾਨੂੰ ਸਾਰਾ ਖੁੰ ਦੇ ਦੇਂਗੇ ਆਪਾ ਥਾਰੇ ਗੈਲਾ ਅੰਦੋਲਨ ਖਤਮ ਕਰੋ ਅੰਦੋਲਨ ਖਤਮ ਕਰੋ ਇਹ ਉੱਤਰ ਪ੍ਰਦੇਸ਼ ਮਾ ਤੁਹਾਨੂੰ ਮੈਂ ਕੱਲ ਵੀ ਦੱਸ ਘਟਿਆ ਤਾਂ ਵੀ ਉੱਤਰ ਪ੍ਰਦੇਸ਼ ਮਾ ਪੰਚਾਇਤੀ ਚੋਣਾ ਦੌੜੀਆਂ ਆ ਰੀਆਂ ਹਰ ਪੰਜਾਬ ਦੇ ਵਿੱਚ ਐਮ ਸੀ ਦੀਆਂ ਚੋਣਾਂ ਨਗਰ ਕੌਸਲੀਆਂ ਚੋਣਾਂ ਆਰ 1% ਵੀ ਟੈਨਸ਼ਨ ਹੈ ਨਹੀਂ 1% ਵੀ ਟੈਨਸ਼ਨ ਹੈ ਨਹੀਂ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਪ੍ਰਚਾਰ ਨਾ ਕਰਨ ਜਹਾਂ ਇਹ ਬੀਜੇਪੀ ਵਾਲੇ ਆ ਰਹੀ ਇਹਨਾਂ ਨੂੰ ਡਾਂਗਾ ਮਾਰ ਕ ਭਜਾਦਾ ਅਸ਼ਵਨੀ ਸ਼ਰਮਾ ਦਾ ਕੱਲ ਦਾ ਬਿਆਨ ਕਾ ਡਰਨੇ ਕੀ ਕੋਈ ਲੋੜ ਨਹੀਂ ਕਾ ਮੈਂ ਭਜਣੇ ਵਾਲਾ ਹੈ ਨਹੀਂ ਕਾ ਚੋਣਾ ਕੇ ਵਿਚਮਾਂ ਜਿਹੜਾ ਵਿਰੋਧ ਹੋ ਰਿਹਾ ਕੈਪਟਨ ਸਰਕਾਰ ਕੀ ਸਾਜ਼ਿਸ਼ ਕਾ ਕੈਪਟਨ ਆਪਣੇ ਬੰਦੇ ਲੈ ਕੇ ਡਾਂਗਾ ਲੈਗਾ ਭਈ ਦਾਵੀ ਦੜਾਓ ਇਹਨਾਂ ਨੂੰ ਅੱਗਾ ਅੱਗਾ ਪਰ ਕਹਾ ਆਪਾਂ ਡਰਦੇ ਨਹੀਂ ਪਰ ਯੋ ਕਹਿ ਲੋ ਪੰਜਾਬ ਕੇ ਵਿਚਮਾਂ ਬੜੀਆਂ ਟਾਮੀਆਂ ਟਾਮੀਆਂ ਸੀਟਾਂ ਕੇ ਉਪਰ ਯੋ ਕਮਲ ਕੇ ਫੁੱਲ ਵਾਲੇ ਖੜੇ ਯੋ ਬਾਤ ਪੱਕੀ ਪਰ ਉੱਠਾਈ ਯੋ ਕਹਿ ਲੋ ਬਿਰਾ ਕਾ ਯੋ ਜੀ ਤਾਂ ਯੋ ਬੜੀ ਗੱਲਬਾਤ ਯੋ ਐਮਐਸਪੀ ਦੇ ਕਾ ਯੂ ਤਾਂ ਕਿਸਾਨ ਅੰਦਲਨ ਰਕਸਟ ਕਹਤਰੀ ਨਹੀਂ ਯੋਹੀ ਬਾਤ ਕਹੀ ਕਾ ਵੀ ਐਮਐਸ ਕੀ ਐਮਐਸਪੀ ਕੇ ਉੱਪਰ ਜਾਦਾ ਯੋ ਮੋਦੀ ਸਾਹਿਬ ਕਹਾਂ ਵੀ ਐਮਐਸਪੀ ਧਮẽਗੇ ਫਿਰ ਥਾਮਾ ਬਣਾ ਦੇਓ ਕਾਨੂੰਨ ਹਰ ਤਿੰਨੇ ਕਾਨੂੰਨ ਰੱਦ ਕਰਦੇ ਹੋ ਹਮ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਾਮੈਂ ਸਵਰਨਪੁਧੇਰ ਨੂੰ ਵੀ ਸੁਣਿਆ ਤਾਂ ਉਸਨੇ ਵੀ ਯੋਹੀ ਬਾਤ ਕਹੀ ਕਾ ਵੀ ਹੌਸਲਾ ਆਪਾਂ ਛੱਡਦੇ ਨਹੀਂ ਯੋ ਚੜਦੀ ਕਲਾ ਕੇ ਵਿੱਚ ਮਾਂ ਮੋਰਚਾ ਲੱਗ ਰਿਹਾ ਡਟ ਰਿਹਾ ਉਸ ਤਰ੍ਹਾਂ ਹੀ ਆ ਰ ਮੋਰਚਾ ਕਾ ਚੜਦੀ ਕਲਾ ਮ ਆ ਹੀ ਰਹੇਗਾ ਯੋ ਬਾਤ ਵੀ ਪੱਕੀ ਪਰ ਉਥਾਈ ਆਸਟ੍ਰੇਲੀਆ ਕੇ ਵਿੱਚ ਇੱਕ ਕਿਸਾਨਾਂ ਕੇ ਗੈਲ ਜਿੱਥਾ ਯੋ ਕਹ ਲੋ ਟਿਕਰੀ ਵਾਟਰਪਾਰ ਕੇਸ ਤਕੈਤ ਬੈਠਿਆ ਉਥਰ ਕੇਸ ਤਕੈਤ ਕੀ ਯੋ ਜਿਹੜੀ ਕੁੜੀ ਜੋਤੀ ਯੋ ਕਹ ਲੋ ਵੀਰਾ ਯੋ ਉਥਾ ਆਸਟ੍ਰੇਲੀਆ ਕੇ ਵਿੱਚ ਮ ਕਿਸਾਨਾਂ ਕੇ ਗੈਲ ਅੰਦੋਲਨ ਕਰ ਰਹੀ ਔਰ ਇਸ ਕੀ ਕੁੜੀ ਕੇਸ ਤਕੈਤ ਕੀ ਜੋਤੀ ਤਕੈਤ ਕਿਸਾਨਾਂ ਗਲ ਡਟਕਾ ਖੜੀ ਹੈ ਖੇਤੀ ਨੂੰ ਨਾਲ ਖਿਲਾਫ ਆਸਟ੍ਰੇਲੀਆ ਕੇ ਬਖ ਬਖ ਸ਼ਹਿਰਾਂ ਕੇ ਵਿੱਚ ਮ ਸ਼ਾਂਤਮਈ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਪ੍ਰਦਰਸ਼ਨ ਦੇ ਵਿੱਚ ਮਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਆਂਧਰਾ ਪ੍ਰਦੇਸ਼ ਕੇ ਨੌਜਵਾਨ ਖਾਸ ਤੌਰ 'ਤੇ ਇਸ ਪ੍ਰਦਰਸ਼ਨ ਦੇ ਵਿੱਚ ਸਮੂਲੀਅਤ ਕਰ ਰਹੇ ਆਰ ਵੀਰ ਯੋ ਜਿੱਥਾ ਪੰਜਾਬ ਆਰ ਦੇਸ਼ ਕੇ ਵਿੱਚ ਮਾ ਬਾਲੀਵੁੱਡ ਚਰਚਾ ਮਾ ਆ ਗਿਆ ਉੱਥਾ ਹੀ ਯੋ ਹਾਲੀਵੁੱਡ ਕੇ ਜਿਹੜੇ ਕਲਾਕਾਰ ਤੇ ਆਰ ਹੋਰ ਜਿਹੜੇ ਲੋਕ ਤੇ ਇਹਨਾਂ ਨੇ ਟਵਿੱਟਰ ਕੇ ਉੱਪਰ ਗਾ ਪਾਤਿਆ ਰਿਹਾਨਾ ਨੇ ਇੱਕ ਟਵੀਟ ਬਾਲੀਵੁੱਡ ਸਟਾਰੇ ਆਰ ਕ੍ਰਿਕਟ ਖਿਡਾਰੀਆਂ ਨੂੰ ਲੇਕਾ ਕਾਬੀ ਇਤਨਾ ਸੇਖ ਲਗਿਆ ਕਹਾ ਉਹਨਕੇ ਉਪਰ ਵੀ ਰਾਸ਼ਨ ਪਾਣੀ ਲੇਕਾ ਇਬ ਟਵਿੱਟਰ ਕਰਤਿਆ ਆਰ ਇਸਕੇ ਵਿਚਮਾ ਬੀਰਾ ਯੋ ਕੱਲੋ ਵੀ ਟਵਿੱਟਰ ਮਾ ਮਿਲਦੇ ਜੁਲਦੇ ਕਾ ਇਸਕੇ ਵਿਚਮਾ 21 ਸਖਸ ਨੇ ਲਿਖੇਗਾ ਟ੍ਰਿਟਵੀਟਰ ਈਕੇ ਸਖਸ ਨੇ ਕਾ ਯੋ ਟਵੀਟ ਲਿਖ ਕਾ ਦੇ ਵੀ ਥਮ ਆਪਣੀ ਆਈਡੀਆਂ ਬਾਈਓ ਚੜਾਓ ਯੋ ਕਾ ਮੈਂ ਤਾਂ ਪਹਿਲਾ ਪਰਸਨ ਚੌਥੇ ਵਾਲਾ ਸ਼ੋ ਹੋਲਗਾ ਦੇਖ ਲਓ YouTube ਮੈਂ ਯੋ ਹੀ ਕਿਹਾ ਥਾ ਲਿਖੇ ਲਖਾਇਆ ਮਾ ਟੂਟ ਵੀ ਯੋ ਬਾ ਕਾ ਉੱਥਾ ਲਿਖ ਦਿਓ ਇਹਨਾਂ ਪਾ ਕਿੱਥਾ ਟਾਈਮ ਯੋ ਖਿਡਾੜੀਆਂ ਬਾ जांच यो महाराष्ट्र सरकार ने ट्वीट्स की जांच के देश दए आगे ट्वीट्स के बॉलीवुड स्टार इनके काफी लोचना हुई आर यो रेहन्ना ने क्या कहा कि यो ट्वीट जड़े यो बनाका दएवे बस सारे चकचक का ठोक दे उठा भी पा दियो पा दियो पा दियो पा दियो यो काम होया चलो खैर आर एक बड़ा सियासी थमाका जड़ा गुरु की बात करा गुरु जद होवा शुरू पर यो हले तक सेरो-सेरी कर रहा ਪਰ ਕਿਸਾਨ ਅੰਦੋਲਨ ਦੇ ਵਿਚমা ਕੱਲ ਯੂ ਪੰਜਾਬ ਦਾ ਸਾਬਕਾ ਕੈਬਨਿਟ ਮੰਤਰੀ ਕਾਂਗਰਸੀ ਨੇਤਾ ਨਵਜੋਤ ਸਿੱਧੂ ਸੋਮਵਾਰ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਪਹੁੰਚਿਆ ਔਰ ਸੋਮਵਾਰ ਵਾਲੇ ਦਿਨ ਜਾ ਕੇ ਆਇਆ ਕਿਸਾਨ ਅੰਦੋਲਨ ਦੇ ਚਰਚਾ ਔਰ ਸਿੱਧੂ ਫਿਲਹਾਲ ਪੰਜਾਬ ਦੀ ਰਾਜਨੀਤੀ ਮਾਂ ਜਿਆਦਾ ਐਗਰੀਟਿਵ ਹੈ ਨਹੀਂ ਸੋਸ਼ਲ ਮੀਡੀਆ ਔਰ ਟਵੀਟਸ ਕਰਾਈਆਂ ਕਿਸਾਨ ਅੰਦੋਲਨ ਕੀ ਹਮਾਇਤ ਕਰ ਰਿਹਾ ਔਰ ਕੱਲ ਲਾਲ ਜੈਕਟ यो कैलो मेरा पठाणी कुर्ता पजामा पाया बता इसके और लाल जैकेट लाल पग बनका यो पहुंच गया कल सोनिया गांधी घरा आ ट्वीट की बात करा सीधे लिखया भाई सिविल अ अलग इसके बीच में लिखा भी सिविल अवगया असल के बीच में एक रूढ़िवादी नजरिया यो बगावत के का कुछ कदम पे कट यो का भी चंगे नहीं कहा जोर ਦੇ ਕਾ ਮਾੜੇ ਕਾਨੂੰਨ ਰੱਦ ਕਰਨੇ ਦੀ ਬਾਤ ਯੋ ਕੱਲ ਸਿੱਧੂ ਨੇ ਕਹੀ ਆਰ ਕੀਤੀ ਨਾ ਕੀਤੀ ਯੋ ਕਹਿ ਲੋ ਬਿਰਾ ਨਵਜੋਤ ਸਿੰਘ ਸਿੱਧੂ ਕੀ ਕੈਪਟਨ ਅਮਰਿੰਦਰ ਸਿੰਘ ਨਾਲ ਬਾਂਡਰੀ ਜਿਸ ਕਰਕੇ ਪੰਜਾਬ ਮਾ ਯੋ ਬਿਰ ਕਹਿਣੇ ਕੀ ਬਾਤਾਂ ਕਾਂਗਰਸੀ ਜਿੰਨਾ ਮਰਜੀ ਰੌਲਾ ਪਾ ਲਿਆ ਮਾਰੀ ਪੰਜਾਬ ਮਾ ਬਹੁ ਬੱਲੇ ਬੱਲੇ ਜੇ ਸੁਖਬੀਰ ਬਾਦਲ ਕਾ ਯੋ ਕਹਿ ਲੋ ਬਿਰਾ ਦੌੜ ਭੱਜ ਹੋ ਰਹੀ ਨਾ ਯੋ ਕਾਂਗਰਸ ਵਾਲੇ ਵੀ ਭਲੇਖੇ ਮਾ ਕੋ ਮਰੇ ਵੀ ਮਾਰੀ ਬਹੁ ਬੱਲੇ ਬੱਲੇ ਯੋ ਬਾਤ ਪੱਕੀ ਲੋਕ ਬਹੁਤ ਦੁਖੀ ਹੋਏ ਬੇ ਅਰ ਯੋ ਕਲੋ ਵੀ ਇਸ ਸੰਭਾਵਨਾ ਯੋ ਨਵਜੋ ਸਿੰਘ ਸਿੰਧੂ ਨੂੰ ਸੋਨੀਆ ਗਾਂਧੀ ਕੋਈ ਬੜੀ ਕੁਰਸੀ ਦੇ ਉੱਪਰ ਬਿਠਾ ਸਕਾ ਯੋ ਬਾਤ ਪੱਕੀ ਅਰ ਇਸ ਦੇ ਬਾਅਦ ਅੰਬਾਲੇ ਲੈ ਚਲਾ ਹਰਿਆਣਾ ਸਰਕਾਰ ਦੇ ਵਿਚਮਾਂ ਇੱਕ ਬਹੁਤ ਮੰਤਰੀ ਜਿਸ ਦਾ ਨੋ ਯੋ ਸਭ ਜਾਣਾ ਅਰ ਹਰਿਆਣਾ ਦਾ ਗ੍ਰਹਿ ਮੰਤਰੀ ਲਾ ਰੱਖਿਆ ਇਸ ਨੂੰ ਇੱਕ ਕੇਸ ਹੈ ਤਵਾਂ ਨੂੰ ਹਰਿਆਣਾ ਕੇ ਗ੍ਰਹਿ ਮੰਤਰੀ ਨੀਲ ਵਿਜਗੇ ਭਾਈ ਕਪਲ ਵਿਜ ਕੀ ਸ਼ਿਕਾਇਤ ਪਾ ਦਰਜ ਕਰੇਗਾ ਡੀਏਜੀ ਕੇ ਉੱਪਰ ਇਹ ਉਹ ਕਹਾਵੀ ਜਖਮੀ ਕਰਨਾ ਔਰ ਅਪਰਾਧਿਕ ਢੰਗ ਗਲਤਮਣਾ ਤਮਕਾਣਾ ਅਸਲੀਲ ਹਰਕਤਾਂ ਕੇ ਦੋਸ਼ ਲਗੇ ਆ ਡੀਆਜੀ ਨੇ ਕਹਿ ਲੋ ਵੀ ਮੰਤਰੀ ਕੇ ਭਾਈ ਕੇ ਜਨਮ ਦਿਨ ਵਾਲੇ ਦਿਨ ਕੋਈ ਝਗੜਾ ਹੋਇਆ ਤਾਂ ਕਾਪਿਲ ਬਿੱਜ ਨੇ ਆਪਣੀ ਸ਼ਿਕਾਇਤ માં ਦੋਸ਼ ਲਾਇਆ ਵੀ ਡੀਆਜੀ ਅਸ਼ੋਕ ਕੁਮਾਰ ਨੇ ਬਿਨਾ ਕਿਸੇ ਕਾਰਨ ਕਥੀ ਤੌਰ ਤੇ ਨਸ਼ੇ ਕੀ ਹਾਲਾਤ માં ਗਾਲੀ ਗਲੋਚ ਕਰੇ ਔਰ ਇਸਕੇ ਨਤੀਜੇ ਭੁਗਤਣ ਕੀ ਧਮਕੀ ਵੀ ਦਈ ਮਾਮਲਾ ਯੋ ਵੀਰ 12:30 ਵਜੇ ਦਾ 2:30 ਵਜੇ ਦਾ ਕਪਲ ਯੋ ਕਾ ਵੀ ਬਿਜ ਸਾਸਤਰੀ ਕਲਨੀ ਨਿਵਾਸੀ ਰਜੀਸ ਜਨਮ ਦਿਨ ਦੀ ਪਾਰਟੀ ਵਾਸਤਾ ਸਰੰਦ ਕਲੱਬ ਮਾ ਗਏ ਵੇ ਤੇ ਯਾਰ ਬਿਜ ਨੇ ਦੋਸ ਲਾਇਆ ਵੀ ਡੀਆਈਜੀ ਵਿਜੀਲੈਂਸ ਨੇ ਉਸ ਨੂੰ ਧਮਕੀ ਦਈ ਔਰ ਪੁਲਿਸ ਕੇ ਬਰਥਡੇ ਆਉਦੇ ਔਰ ਕੋਈ ਕਾ ਇਸ ਕਾ ਵਾ ਕਹਿ ਰਾ ਮੇਰਾ ਕੋ ਬਗਾੜ ਨਹੀਂ ਸਕਦਾ ਡੀਜੀਪੀ ਡੀਐਸਪੀ ਅੰਬਾਲਾ ਛੌਨੀ ਰਾਮ ਕੁਮਾਰ ਨੇ ਕਿਹਾ ਵੀ ਮਾਮਲਾ ਦਰਜ ਕਰ ਲਿਆ ਇਸ ਘਟਨਾ ਦੀ ਫੁਟੇਜ ਲੈ ਕੇ ਇਸ ਕੇ ਉੱਪਰ ਕਾਰਵਾਈ ਹੋਈ ਮਤਲਬ ਯੋ ਕਹਿ ਲੋ ਵੀ ਡੀਆਈਜੀ ਨੂੰ ਮਹਿੰਗਾ ਪੈ ਗਿਆ ਕੇਂਦਰੀ ਮੰਤਰੀ ਅਨਿਲ ਬਿੱਜਗੇ ਭਾਈ ਗਲ ਪੰਗਾ ਪੁਲਿਸ ਕੇ ਉੱਪਰੇ ਪੁਲਿਸ ਨੇ ਕੇਸ ਠੋਕਤਾ ਯੋ ਬਾਤ ਹੋਗੀ ਤਰਾਸਦੀ ਕੀ ਬਾਤ ਕਰਾਂ ਵੀ ਉੱਤਰਾਖੰਡ ਕੇ ਵਿੱਚ ਮਾ ਸਾਰਿਆਂ ਨੂੰ ਪਤਾ ਵੀ ਉੱਥਾ ਬੱਦਲ ਪਟੇ ਔਰ ਕਹਾ ਵੀ ਯੋ ਗਲੇਸ਼ੀਅਰ ਟੁੱਟ ਗਿਆ ਔਰ ਮੈਂ ਤੁਹਾਨੂੰ ਕਹਿਗਾ ਹਟੇ ਦਾ ਪਹਿਲਾ ਵੀ ਗਲੇਸ਼ੀਅਰ ਫਟਨੇ ਕੇ ਪਿੱਛੇ ਚੀਨ ਕਾ ਸੜੈਂਤਰ ਹੋ ਜਾਗਾ ਇਸ ਕੀ ਪੜਤਾਲ ਇੱਕ ਪ੍ਰੋਗਰਾਮ ਚਲਿਆ ਪਰ ਇਸ ਕੇ ਵਿੱਚ ਮੈਂ ਕਿਤਨਾ ਸੱਚ ਕਿਤਨਾ ਝੂਠ ਯੋ ਤੋ ਯੋ ਵੀ ਬੰਦਾ ਲੈ ਗਾ ਡਾ ਜਿਸ ਨੇ ਪ੍ਰੋਗਰਾਮ ਸ਼ੁਰੂ ਕਰਿਆ ਚਮੋਲੀ ਦੇ ਵਿੱਚ ਮੌਇਆ 18 ਬੰਦੇ ਜਿੰਨਾਂ ਕੀ ਯੂ ਕਹ ਲੋ ਵੀ ਲਾਸਾਂ ਮਿਲੀਆਂ ਆਰ 202 ਬੰਦਾ ਕਾਲੇ ਤੱਕ ਲੱਭਿਆ ਨਹੀਂ ਆ ਟਰਨਲ ਦੇ ਵਿੱਚ 25 ਦੇ 35 ਲੋਕ ਫਸੇ ਹੋਏ ਦੇ ਇਹਨਾਂ ਨੂੰ ਕੱਢ ਲਿਆ ਸੈਨਾ ਆਈਡੀਪੀ ਐਨਡੀਆਰਐਫ ਆਰ ਹੋਰ ਟੀਮਾਂ ਉੱਥਾ ਪਹੁੰਚੀ ਆ ਮਿੱਤਿਆਰਾ ਜਿਹੜੇ ਲੋਕ ਇਹ ਸੱਟਾ ਪੇਟਾ ਲੱਗਿਆ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਆਰ ਇਸ ਕੀ ਯੂ ਕਹ ਲੋ ਵੀ ਇਹ ਤਮਾਮ ਜਾਣਕਾਰੀ ਜਿਹੜੀ ਇਹ ਸੈਂਟਰ ਸਰਕਾਰ ਤੇ ਚੱਲ ਰਹੀ ਹੈ ਸੈਂਟਰ ਸਰਕਾਰ ਨੇ ਕਲੀਅਰ ਕਹਿ ਤਿਆ ਕਾ ਹਬੀ ਇਸਕੇ ਵਿਚ ਮਾਂ ਜਿਹੜਾ ਵੀ ਜੋ ਵੀ ਕਿਸੇ ਵੀ ਤਰ੍ਹਾਂ ਕੋ ਮੁਸ਼ਕਲ ਹੋਵੇ ਖਤਰਾ ਹੋਵੇਗਾ ਇਸ ਕੀ ਹਰੇਕ ਬੰਦੇ ਨੂੰ ਆਪਰਪਾਈ ਕਰਕੇ ਦਮੰਗੇ ਪਰ 터ਨਲ ਦੇ ਵਿੱਚ ਪਾਣੀ ਵੜਨ ਦੀ ਚਿੰਤਾ ਕਬੀ ਸਾਹਿਬ ਇਹ ਜੋ 터ਨਲ ਦੇ ਵਿੱਚ ਪਾਣੀ ਵੜ ਗਿਆ ਕੱਲ ਨੂੰ ਆਣਾ ਟਾਈਮ ਆ ਵੀ ਇਸ ਤਰ੍ਹਾਂ ਜੇ ਕੋਈ ਪੰਗੇ ਖੜੇ ਹੋ ਗਏ ਫੇਰ ਔਖਾ ਹੋ ਜਾਏਗਾ ਹਰ ਪ੍ਰਕਾਸ਼ ਜਾਵੇੜਕਰ ਕੀ ਬਾਤ ਵੀ ਤੁਹਾਨੂੰ ਦੱਸਾਂਗੇ ਪ੍ਰਕਾਸ਼ ਜਾਵੇੜਕਰ ਇਹ ਜਿਹੜਾ ਵਾਤਾਵਰਣਾਰ ਕੇਂਦਰੀ ਜੰਗਲਾਤ ਮੰਤਰੀ ਪੰਜਾਬਾਂ ਤੋਂ ਜੰਗਲਾਤ ਮੰਤਰੀ ਉਹ ਵੀਰ ਸਾਧੂ ਧਰਮ ਸੋਤ ਲਾ ਰੱਖਿਆ ਪਰ ਕੇਂਦਰ ਦੇ ਵਿੱਚੋਂ ਪ੍ਰਕਾਸ਼ ਜਾਵੇੜਕਰ ਆਰ ਇਸ ਨੇ ਫਿਕਰ ਬਤਾਤੀ ਆ ਰਾਸਬੰਦ ਸਵਾਲ ਚੱਕਿਆਗਾ ਪੰਜਾਬ ਰੈਣੀਕ ਜਬ ਪ੍ਰਾਲੀ ਸਾੜਨ ਕਰਕੇ ਦਿੱਲੀ ਵਿੱਚ 1 ਅਕਤੂਬਰ ਤੇ 30 ਨਵੰਬਰ ਤੱਕ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਣ ਹੋ ਜਾ ਪਰ ਦੂਸ਼ੀ ਦਾਵਾ ਕੀ ਸਮੱਸਿਆ ਇਸ ਕੇਮ ਬੇਸਾ ਕਾ ਹਰਿਆਣਾ ਇਸ ਵਾਰ ਪ੍ਰਾਲੀ ਸਾੜਨ ਦੀ ਘਟਨਾ 25% ਘਟੀਆਂ ਆ ਬਾਹੀ 25% ਚੱਕਾ ਕਹਾ ਪੰਜਾਬ ਵਾਲਿਆਂ ਨੇ ਵਧਾ ਤੇ ਆ ਪੰਜਾਬ ਮਾ ਪਹਿਲਾਂ 50% ਤੇ ਆ ਈਬ ਪੰਜਾਬ ਕੇ ਵਿੱਚ ਮਾ ਜੋ ਘਟਨਾ ਮਾ ਕਹ ਪਹਿਲਾਂ 50000 ਤੇ ਆ ਈਬ 70000 ਮਤਲਬ 75% ਪੰਜਾਬ ਕੀਆ 25% ਹਰਿਆਣਾ ਕੀਆ ਇਹ ਹਰਿਆਣਾ ਮਾ ਖੱਟਰ ਜੀ ਸਰਕਾਰ ਤੁਹਾਨੂੰ ਪਤਾ ਵੀਰ ਖੱਟਰ ਕੇ ਪਰ ਥੋੜੀ ਕੋਈ ਗਲਤ ਬੋਲ ਦੇਗੇ ਵਿਚਾਰੇ ਇਹ ਵੀ ਕਹਿ ਸਕਾਂ पर कहा भी दिल्ली के दो चाली परसेंट हवा दूषित यो बात कर दी यार तीन बिल्ला में यो भी बिल हो रहा भी ये जेडे सज़ा का प्रावधान बनाया करोड़ रुपया का जुर्माना जरूर ने का बनाया भाई इस लेकर भी यो किसान उत्था मतलब यो लेका इसके उपर विचार कर रहे यार यो बिल वापस भी करा यार बख वक् शहर की कहा भी यो जी हवा की क्वालिटी दिल्ली के ज्यादा मान कुल मिला के एक बार फिर सेंटर सरकार ने ਯੋ ਜਿਹੜੀ ਦੂਸ਼ਿਤ ਹਵਾ ਕੀ ਗੱਲ ਜੇ ਕਰੀ ਤਾਂ ਦੂਸ਼ਿਤ ਹਵਾ ਕੀ ਗੱਲ ਨੂੰ ਚਾਕਾ ਇੱਕ ਵਾਰ ਫੇਰ ਇਹਨਾਂ ਨੇ ਯੋ ਪੰਜਾਬ ਕੇ ਉੱਪਰ ਸਿਰ ਮਾਰਤੀ আর ਕਾਹ ਵੀ ਪੰਜਾਬ ਵਾਲਿਆਂ ਨੇ ਯੋ ਗਲਤ ਕੰਮ ਕਰਿਆ ਵਈ ਇਸ ਕਰਕੇ ਯੋ ਕੰਮ ਹੋ ਰਿਹਾ। ਆਰ ਯੋ ਇੱਕ ਖਬਰ ਹੋਰ ਤੁਹਾਨੂੰ ਮੈਂ ਦੱਸ ਦਿਆਂ ਭਈ ਮੀਆਂ ਖਲੀਫਾ ਯੋ ਲਵਲਾਨੀ ਅਮਰੀਕੀ ਮੀਡੀਆ ਹਸਤੀ আর ਸਾਬਕਾ ਐਡਲਟ ਯੋ ਸਟਾਰ ਮੀਆਂ ਖਲੀਫਾ ਨੇ ਖੁੱਲ ਕੇ ਭਾਰਤ ਕੇ ਵਿਚ ਵਿੱਚ ਸਮਰਥਨ ਕਰਿਆ ਕਿਸਾਨਾਂ ਦਾ। ਹਾਲ ਲਗਾਤਾਰ ਕਿਸਾਨ ਦੂੜੀ ਹੱਕ ਮਟ ਟਵੀਟ ਕਰ ਰਹੀ ਆਰ ਉਸਨੇ ਆਪਣੇ ਟਵੀਟ ਕੇ ਵਿੱਚ ਮਾਂ ਬਾਲੀਵੁੱਡ ਕੇ ਅਦਾਕਾਰ ਪ੍ਰਿੰਕਾ ਚੋਪੜਾ ਬਸਵਾਲ ਚੱਕਿਆ ਮੀਆਂ ਖਲੀਫਾ ਨੇ ਆਪਣੇ ਤਾਜ਼ਾ ਟਵੀਟ ਮਾਂ ਪ੍ਰਿੰਕਾ ਚੋਪੜੇ ਪਾ ਨਿਸ਼ਾਨਾ ਲਾਇਆ ਆਰ ਕਹਾ ਵੀ ਉਹ ਚੁੱਪ ਕਿਉਂ ਅ ਟਵੀਟ ਵਾਂ ਲਿਖਿਆ ਕਿ ਮੈਸੇਜ ਜੌਨਸਨ ਕਦੇ ਕਹੇ ਕੋਸੂ ਬੋਲੇਗੀ ਵੀ ਨਹੀਂ ਕਾ ਮੈਂ ਇਹ ਸੋਚ ਰਹੀ ਕਾ ਵੀ ਮੈਨੂੰ ਕਾ ਇਹ ਸਮਝ ਬਣੀ ਆਂਦੀ ਹੈ ਚੁੱਪ ਕਿਉਂ ਮੈਂ ਠੀਕ ਇਸ ਗੱਲ ਕਰ ਕਾ ਇਤਨੀ ਖਾਮੋਸ਼ੀ ਕਿਉਂ ਸਾਇਲੈਂਟ ਮੀਆਂ ਖਲੀਪਾਏ ਇਸ ਟਵੀਟ ਤੇ ਬਾਦ ਕਈ ਯੂਜ਼ਰਾਂ ਨੇ ਸਵਾਲ ਨੂੰ ਦਰੁਸਤ ਕਰਿਆ ਆ ਟਵਿੱਟਰ ਯੂਜ਼ਰਾਂ ਨੇ ਕਿਹਾ ਵੀ ਇਹ ਪ੍ਰਿੰਕਾ ਇਸ ਮਾਮਲੇ 'ਪਾ ਬੋਲ ਚੁੱਕੀ ਕਾ ਵੀ ਪਹਿਲਾਂ ਬੋਲਲੀ ਥੀ ਪ੍ਰਿੰਕਾ ਹਰਤੰ ਦਾਦਾ ਵੀ 6 ਦਸੰਬਰ ਕੀ ਬਾਤ 6 دسمبر 2020 ਨੂੰ ਦਿਲਜੀਤ ਦੋਸਾਨ ਦੇ ਟਵੀਟ ਤੇ ਰੀਟਵੀਟ ਕਰਾਇਆ ਦਾ ਪ੍ਰਿੰਕਾ ਨੇ ਕਿਸਾਨਾਂ ਦੀ ਹਮਾਇਤ માં ਲਿਖਿਆਤਾ ਸਾਡੇ ਕਿਸਾਨ ਭਾਰਤ ਕੇ ਖਰਾਕ ਜਵਾਨ ਔਰ ਉਹਨਾਂ ਕਾ ਡਰ ਦੂਰ ਕਰਨਾ ਚਾਹੀਦਾ ਉਹਨ ਕੀ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਇੱਕ ਵਧੀਆ ਲੋਕਤੰਤਰ ਹੋੜ ਕਰਕੇ ਕਾ ਉਹਨਾਂ ਯੋ ਭਰੋਸਾ ਦੇਣਾ ਬਣਾ ਔਰ ਯੋ ਹਾਲ ਇਸ ਕਛੇਤੀ ਨਿਕਲਣਾ ਚਾਹੀਦਾ ਯੋ ਬਾਤ ਇਹ ਕਹੀ ਤੁਸੀਂ ਆ ਦਾਦੀਵਿਕ ਸੰਘਰਸ਼ਾਂ ਦੇ ਦੈਸੀ ਅਸਤੀਆਂ ਨੇ ਬਹੁਤ ਵੀਟ ਕਰੇ আর ਇਸ ਕੇ وجہ ਪੌਪ ਸਟਾਰ ਰਿਹਾਨਾ ਨੇ আর ਵਾਤਾਵਰਣ ਕਾਰਕੂਨ ਗ੍ਰੇਟਾ ਥਨਬਰਗ ਨੇ ਵੀ ਇਸ ਕੇ ਵਿੱਚ ਮ ਟਵੀਟ ਕਰੇ ਤੇ আর ਇਸ ਦੇ ਬਾਅਦ ਆਪਾਂ ਅਗਲੀ ਗੱਲ ਬਾਤ ਕਰਾਂਗੇ ਜਿੱਥਾ ਗਲੇਸ਼ੀਅਰ ਫਟਣ ਦੇ ਪਿੱਛੇ ਇੱਕ ਚੀਨੀ ਸੜੈਂਤਰ ਇਸ ਕੀ ਪਰਤਾਲ ਯੋ ਜਿਹੜੀਆਂ ਖਬਰਾਂ ਬਣਾ ਰਹੀ ਯੋ ਇਸ ਤਰ੍ਹਾਂ ਦੇ ਲੋਕ ਜਿਹੜੇ ਬਿਮਾਰ ਲੋਕ ਇਹਨਾਂ ਦਾ ਕੀ ਹਾਲ ਹੋਵੇਗਾ ਗੋਦੀ মিডিਆ ਕੀ ਜਿੱਥਾ ਬਾਤਾਂ ਚਲਾ ਪਰ ਇਸ ਤਰ੍ਹਾਂ ਦੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਖਬਰਾਂ ਬਣਾ ਬਣਾ ਕੇ ਆਪਣੇ ਪੈਸੇ ਚਮਕਾ ਰਹੇ ਇਨਕਾ ਕੀ ਹੱਲ ਹੋਵੇਗਾ ਹੋਰ ਕਾਫੀ ਗੱਲਾਂ ਬਾਤਾਂ ਥਾਰੇ ਗੱਲ ਅੱਜ ਮੈਂ ਕਰਾਂਗਾ ਪਰ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਹਾਂ ਬ੍ਰੇਕ ਤੋਂ ਬਾਅਦ ਆਪਾਂ ਇਹ ਪ੍ਰੋਗਰਾਮ ਕੰਟੀਨਿਊਸਟੀ ਨਾਲ ਚਲਾਵਾਂਗੇ ਥਾਰੇ ਗੱਲ ਥਾਰੇ ਫੋਨ ਕਾਲ ਵੀ ਆਪਾਂ ਲਵਾਂਗੇ ਔਰ ਰੀ ਟੈਲੀਕਾਸਟ ਪ੍ਰੋਗਰਾਮ ਤੁਹਾਨੂੰ ਮੈਂ ਫੇਰ ਦੱਸਦਾ ਵੀ ਇਹ ਪ੍ਰੋਗਰਾਮ ਤੁਹਾਨੂੰ ਆਜ ਨਿਊਜ਼ ਵਾਲਾ YouTube ਚੈਨਲ ਯੂਮਾਰਾ ਮੀਡੀਆ ਪਾਰਟਨਰ ਇਸ ਨੂੰ ਆਪਾਂ ਯੂਸ ਹੋ ਦਿਆਂ ਉੱਥਾ ਜਾ ਕੇ ਵੀ ਥੰਮ ਇਹ ਸੁਣ ਸਕਾ ਔਰ ਕੋਈ ਦਿਲ ਦੀ ਬਾਤ ਮਨ ਦੀ ਬਾਤ ਤੁਮ ਕਮੈਂਟ ਕਰਕੇ ਮੈਨੂੰ ਦੱਸ ਸਕਾਂ ਜੀ ਸੋਕੇ ਵਿੱਚ ਮੈਂ ਥਾਰੀ ਗੱਲ ਨੂੰ ਆਪਾਂ ਜਰੂਰ ਲੈ ਕੇ ਆਵਾਂਗੇ ਪਰ ਇਹ ਇੱਕ ਲਿਹਾ ਛੋਟੀ ਜੀ ਬ੍ਰੇਕ